ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਇੱਕ ਵਾਰ ਫਿਰ ਤੁਹਾਡੇ ਮੂਹਰੇ ਹਾਜ਼ਰ ਹਾਂ। ਮੈਂ ਡਿਸਕਸ ਕਰੂੰਗਾ ਅੱਜ ਉਸ ਟੌਪਿਕ 'ਤੇ ਜੋ ਹਰ ਇੱਕ ਬਾਹਰ ਜਾਣ ਵਾਸਤੇ, ਵਿਦੇਸ਼ਾਂ ਵਿੱਚ ਸੈਟਲ ਹੋਣ ਵਾਸਤੇ ਜੋ ਸਟੂਡੈਂਟਸ ਜਾਂ ਕੈਂਡੀਡੇਟ PR, ਵਰਕ ਪਰਮਿਟ, ਟੂਰਿਸਟ ਵੀਜ਼ਾ ਦੇ ਥਰੂ ਕੰਸਲਟੈਂਟ ਕੋਲ ਜਾਂਦੇ ਆ, ਬਟ ਉੱਥੇ ਕਿਸੇ ਨਾ ਕਿਸੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਜਾਂ ਫਿਰ ਕਿਸੇ ਨਾ ਕਿਸੇ ਮਿਸਅੰਡਰਸਟੈਂਡਿੰਗ ਦਾ ਸ਼ਿਕਾਰ ਹੋ ਜਾਂਦੇ ਆ ਅਤੇ ਆਪਸ 'ਚ ਉਹਨਾਂ ਦੇ ਡਿਸਪਿਊਟ ਕ੍ਰੀਏਟ ਹੁੰਦੇ ਆ। ਉਹ ਡਿਸਪਿਊਟ ਇੰਨੇ ਜ਼ਿਆਦਾ ਕ੍ਰੀਏਟ ਹੋ ਜਾਂਦੇ ਆ ਕਿ ਕਈ ਵਾਰੀ ਪੁਲਿਸ ਤੱਕ ਪਹੁੰਚ ਜਾਂਦੇ ਆ, ਕੋਰਟ ਕਚਹਿਰੀਆਂ ਤੱਕ ਪਹੁੰਚ ਜਾਂਦੇ ਆ, ਕਿਸੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਮੈਂ ਸਾਰੀਆਂ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਬੜਾ ਸੋਚ ਕੇ, ਬੜਾ ਇਹ ਸਮਝ ਕੇ, ਬਹੁਤ ਸੂਝਵਾਨ ਬੁੱਧੀਜੀਵਾਂ ਦੇ ਨਾਲ ਗੱਲ ਕਰਕੇ ਇਸ ਫੈਸਲੇ 'ਤੇ ਪਹੁੰਚਿਆ ਕਿ ਮੈਂ ਕੰਸਲਟੈਂਟ ਔਰ ਕੈਂਡੀਡੇਟ, ਚਾਹੇ ਉਹ ਸਟੂਡੈਂਟ ਹੈ ਜਾਂ ਕੋਈ ਵੀ ਹੈ, ਉਹਨਾਂ ਦੇ ਜਿਹੜੇ ਵਿਚਲਾ ਗੈਪ ਹੈ ਜਿਹੜਾ ਉਹ ਕਮਿਊਨੀਕੇਸ਼ਨ ਹੈ, ਉਹਨੂੰ ਕਿਸੇ ਤਰੀਕੇ ਖਤਮ ਕਰ ਸਕਾਂ। ਮੈਂ ਆਪਣੀ ਪੂਰੀ ਕੋਸ਼ਿਸ਼ ਕਰੂੰਗਾ। ਮੈਂ ਇਸ ਚੀਜ਼ ਦਾ, ਇਸ ਸਰਵਿਸ ਦਾ ਕੋਈ ਪੈਸਾ ਚਾਰਜ ਨਹੀਂ ਕਰੂੰਗਾ। ਅਗਰ ਕੋਈ ਵੀ ਮੇਰੇ ਕੋਲ ਇਸ ਤਰ੍ਹਾਂ ਦੀ ਮਦਦ ਮੰਗਣ ਲਈ ਆਉਂਦਾ ਤਾਂ ਮੈਂ ਉਹਨੂੰ ਖੁਸ਼ੀ ਖੁਸ਼ੀ ਫਰੀ ਆਫ ਕੋਸਟ ਉਹਦੀ ਟ੍ਰਾਂਸਪੇਰੈਂਸੀ ਦਿਖਾਊਂਗਾ ਉਹਦੇ ਵਿੱਚ, ਉਹਦੇ ਕੰਸਲਟੈਂਟ ਦੇ ਵਿੱਚ। ਹੋ ਕੀ ਰਿਹਾ ਅੱਜ ਦਾ ਸਿਨੈਰੀਓ ਜੇ ਦੱਸਾਂ ਤਾਂ ਵਰਕ ਪਰਮਿਟ ਦੇ ਥਰੂ ਜਾਂ ਸਟੂਡੈਂਟ ਵੀਜ਼ਾ ਦੇ ਥਰੂ ਜਾਂ ਪੈਕੇਜਿਸ ਦੇ ਥਰੂ ਬੜੀ ਅਜੀਬ ਅਜੀਬ ਇੱਦਾਂ ਦੀਆਂ ਹਰਕਤਾਂ ਹੋ ਰਹੀਆਂ ਜੋ ਗਲਤ ਅਨਸਰ ਇਹਨਾਂ ਦਾ ਫਾਇਦਾ ਉਠਾਉਂਦੇ ਆ। ਅਗਰ ਮੈਂ ਪਹਿਲਾਂ ਇੱਕ ਕਿਸੇ ਪਰਟੀਕੁਲਰ ਕੇਸ ਨੂੰ ਲੈ ਕੇ ਗੱਲ ਕਰਾਂ ਤਾਂ ਮੈਂ ਇੱਕ ਛੋਟੀ ਜਿਹੀ ਬੜੀ ਗੱਲ ਕਰਦਾ। ਪੈਕੇਜ ਬਹੁਤ ਵਧੀਆ ਚੀਜ਼ ਵੀ ਹੈ, ਪੈਕੇਜ ਇੱਕ ਬਹੁਤ ਨੁਕਸਾਨਦਾਇਕ ਚੀਜ਼ ਵੀ ਹੈ। ਵਧੀਆ ਚੀਜ਼ ਦੋਨਾਂ ਲਈ ਵੀ ਔਰ ਨੁਕਸਾਨਦਾਇਕ ਚੀਜ਼ ਵੀ ਦੋਨਾਂ ਲਈ। ਬਹੁਤ ਵਾਰੀ ਮੈਂ ਇੱਦਾਂ ਦਾ ਦੇਖਿਆ, ਕੰਸਲਟੈਂਟ ਨੇ ਵੀਜ਼ਾ ਲਵਾਤਾ, ਵੀਜ਼ਾ ਲੱਗਣ ਤੋਂ ਬਾਅਦ ਕੈਂਡੀਡੇਟ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰਾ ਕਾਲਜ ਕਿਹੜਾ ਹੈ ਜਾਂ ਮੇਰਾ ਕੋਰਸ ਕਿਹੜਾ ਹੈ। ਹਾਲਾਂਕਿ ਜਿਸ ਦਿਨ ਉਹ ਉਸ ਕੋਲ ਜਾ ਕੇ, ਕੰਸਲਟੈਂਟ ਕੋਲ ਜਾ ਕੇ ਇਨਰੋਲ ਹੁੰਦਾ, ਆਪਣੇ ਡਾਕੂਮੈਂਟਸ ਦਿੰਦਾ, ਉਹਨੂੰ ਸਾਈਨ ਕਰਕੇ ਆਉਂਦਾ, ਉਹ ਐਗਰੀਮੈਂਟ ਨਹੀਂ ਪੜ੍ਹਦਾ। ਇਹ ਬਹੁਤ ਵੱਡੀ ਉਸਦੀ ਕਮੀ ਹੁੰਦੀ ਹੈ ਕਿ ਕਮੀ ਕਹਿ ਲਓ ਜਾਂ ਕਹਿ ਲਓ ਕਿ ਉਹਨੂੰ ਇਸ ਚੀਜ਼ ਦੀ ਸਮਝ ਹੀ ਨਹੀਂ। ਭੋਲੇ ਭਾਲੇ ਪਿੰਡਾਂ 'ਚ ਉੱਠ ਕੇ ਆਏ ਹੁੰਦੇ ਆ ਅਤੇ ਜਿੱਥੇ ਉਹ ਕਹਿੰਦੇ ਆ ਉੱਥੇ ਸਾਈਨ ਕਰ ਦਿੰਦੇ ਆ। ਬਾਅਦ ਦੇ ਵਿੱਚ ਕੰਸਲਟੈਂਟ ਨਾਲ ਡਿਸਪਿਊਟ ਕ੍ਰੀਏਟ ਹੁੰਦਾ, ਉਹ ਕਹਿੰਦਾ ਤੁਸੀਂ ਸਾਈਨ ਕੀਤੇ ਆ, ਮੈਨੂੰ ਮੇਰੇ ਪੈਸੇ ਦਿਓ। ਔਰ ਫਿਰ ਸਟੂਡੈਂਟ ਕਹਿੰਦਾ ਕਿ ਮੇਰੀ ਤਾਂ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸੀ, ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ, ਇਹ ਪ੍ਰਾਈਵੇਟ ਕਾਲਜ ਹੈ ਜਾਂ ਇਹ 'ਚ ਵਰਕ ਪਰਮਿਟ ਨਹੀਂ ਹੈ ਜਾਂ ਮੇਰੀ PR ਨਹੀਂ ਹੋਣੀ, ਇੱਦਾਂ ਦੇ। ਇਹ ਇੱਕ ਬੜੀ ਕਾਮਨ ਜੀ ਮੈਂ ਤੁਹਾਨੂੰ ਉਦਾਹਰਣ ਦਿੱਤੀ, ਬੜੀ ਕਾਮਨ ਜੀ ਮੈਂ ਤੁਹਾਨੂੰ ਇੱਕ ਗੱਲ ਕਰੀ ਹੈ ਜਿਹੜੀ ਅੱਜ ਕੱਲ੍ਹ ਮੈਕਸੀਮਮ ਕੰਸਲਟੈਂਟ ਔਰ ਸਟੂਡੈਂਟਸ ਦੇ ਵਿੱਚ ਇਹ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ। ਏਜੰਟ ਕਹਿੰਦਾ ਹੈ ਕਿ ਮੈਂ ਤੁਹਾਡੇ 'ਤੇ ਪਹਿਲਾਂ ਪੈਸੇ ਲਾਤੇ, ਤੁਹਾਡੇ 'ਤੇ ਮੈਂ ਇੰਨਾ ਕੁਛ ਕਰ ਲਿਆ, ਹੁਣ ਵੀਜ਼ਾ ਲੱਗ ਗਿਆ ਤਾਂ ਤੁਸੀਂ ਪੈਸੇ ਘਟਾਉਣ ਦੇ ਚੱਕਰਾਂ 'ਚ ਮੇਰੇ ਕੋਲ ਇਸ ਤਰ੍ਹਾਂ ਦਾ ਮੇਰੇ 'ਤੇ ਬੰਦੇ ਇਕੱਠੇ ਕਰਕੇ ਦਬਾਅ ਪਾ ਰਹੇ ਹੋ। ਇੱਕ ਤਾਂ ਇਹ ਗੱਲ ਹੋ ਗਈ। ਦੂਸਰੀ ਜਦੋਂ ਕੋਈ ਸਟੂਡੈਂਟ ਆਪਣੀ ਫਾਈਲ ਅਪਲਾਈ ਕਰਦਾ, ਮਤਲਬ ਸਟੱਡੀ ਵੀਜ਼ੇ ਲਈ ਜਾਣਾ ਚਾਹੁੰਦਾ, ਉਹ ਕੋਰਸ ਕਾਲਜ ਸਿਲੈਕਟ ਕਰਦਾ, ਬਟ ਉਹਦੇ ਕੋਲ ਇਹ ਨਹੀਂ ਪਤਾ ਲੱਗਦਾ ਕਿ ਮੇਰੀ ਆਫਰ ਲੈਟਰ ਦੇ ਉੱਤੇ ਐਗਜੈਕਟ ਫੀਸ ਕਿੰਨੀ ਹੈ, ਜਾਂ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਮੇਰਾ ਅਸਲ 'ਚ ਟੋਟਲ ਖਰਚਾ ਕਿੰਨਾ ਆਉਣਾ। ਉਹ ਜਦੋਂ ਫੀਸਾਂ ਭਰਨ ਲੱਗਦੇ, ਅੱਧੇ ਪੈਸੇ ਭਰ ਚੁੱਕੇ ਹੁੰਦੇ ਆ, ਤਾਂ ਫਿਰ ਫਸਿਆ ਫੀਲ ਕਰਦੇ ਆਪਣੇ ਆਪ ਨੂੰ। ਇੱਦਾਂ ਫੀਲ ਹੁੰਦਾ ਉਹਨਾਂ ਨੂੰ ਕਿ ਅਸੀਂ ਕੰਸਲਟੈਂਟ ਕੋਲ ਫਸ ਗਏ, ਅੱਧੇ ਪੈਸੇ ਦੇ ਚੁੱਕੇ ਹਾਂ, ਛੱਡ ਕੇ ਪਿੱਛੇ ਵੀ ਨਹੀਂ ਹਟ ਸਕਦੇ, ਸਾਈਨ ਕੀਤੇ ਹੋਏ ਆ, ਡਾਕੂਮੈਂਟਸ ਪੇ ਦਿੱਤੇ ਹੋਏ ਆ, ਪੇਮੈਂਟ ਦਿੱਤੀ ਹੋਈ ਆ, ਬਟ ਅਸੀਂ ਹੁਣ ਪਿੱਛੇ ਕਿੱਦਾਂ ਹਟੀਏ। ਫਿਰ ਉਹ ਕਰਜ਼ਾ ਚੱਕਦੇ ਆ, ਰਿਸ਼ਤੇਦਾਰਾਂ ਤੋਂ ਲੈਂਦੇ ਆ, ਪ੍ਰੋਪਰਟੀ ਵੇਚਦੇ ਆ, ਘਰ ਵੇਚਦੇ ਆ, ਜ਼ਮੀਨ ਵੇਚਦੇ ਆ, ਜਾਂ ਗਿਰਵੀ ਰੱਖਦੇ ਆ, ਉਹ ਫਿਰ ਪੂਰਾ ਕਰਕੇ ਦਿੰਦੇ ਆ, ਜਾਂ ਉਹ ਕੋਈ ਲੋਨ ਲੈਂਦੇ ਆ। ਇਹ ਪ੍ਰੋਬਲਮਸ ਕਿਉਂ ਆਉਂਦੀਆਂ ਨੇ, ਇਹ ਪ੍ਰੋਬਲਮਸ ਨੂੰ ਪਹਿਲਾਂ ਕਿਉਂ ਨਹੀਂ ਦੇਖਿਆ ਜਾਂਦਾ? ਚਲੋ ਇਹ ਤਾਂ ਇੱਕ ਅੱਡ ਮੁੱਦੇ ਦੀ ਗੱਲ ਹੋ ਗਈ। ਦੂਸਰੀ ਗੱਲ, ਹੁਣ ਮੈਂ ਜਿਸ ਮੇਨ ਮੁੱਦੇ 'ਤੇ ਗੱਲ ਕਰ ਰਿਹਾ, ਤੁਸੀਂ ਸਕਰੀਨ 'ਤੇ ਦਿੱਤੇ ਨੰਬਰ 'ਤੇ ਕਾਲ ਕਰਕੇ
ਮੈਨੂੰ ਸੰਪਰਕ ਕਰ ਸਕਦੇ ਹੋ, ਟਾਈਮ ਲੈ ਕੇ ਤੁਸੀਂ ਮੈਨੂੰ ਮੇਰੇ ਕਿਸੇ ਵੀ ਦਫ਼ਤਰ ਆ ਕੇ ਮਿਲ ਸਕਦੇ ਹੋ, ਜਾਂ ਇਸ ਨੰਬਰ 'ਤੇ ਤੁਸੀਂ ਆਪਣੇ ਡਾਕੂਮੈਂਟਸ ਵਟਸਐਪ ਕਰ ਸਕਦੇ ਹੋ। ਅਗਰ ਕੋਈ ਵੀ ਮੇਰਾ ਸਟਾਫ ਮੈਂਬਰ ਕਾਲ ਅਟੈਂਡ ਕਰਦਾ ਤਾਂ ਤੁਸੀਂ ਸਿਰਫ ਇਹ ਗੱਲ ਕਹਿਣੀ ਹੈ ਕਿ ਮੈਂ ਆਪਣੀ ਫਾਈਲ ਸਰ ਕੋਲ ਟਰਾਂਸਪੇਰੈਂਟ ਕਰਵਾਉਣੀ ਹੈ। ਉਹਦੇ ਵਿੱਚ ਅਗਰ ਮੈਨੂੰ ਕੰਸਲਟੈਂਟ ਨਾਲ ਗੱਲ ਕਰਨੀ ਪਈ, ਹੋ ਸਕਦਾ ਇਹ ਕੰਸਲਟੈਂਟ ਮੈਨੂੰ ਗਾਲਾਂ ਕੱਢੇ, ਹੋ ਸਕਦਾ ਕੰਸਲਟੈਂਟ ਮੈਨੂੰ ਥ੍ਰੈਟ ਕਰੇ, ਹੋ ਸਕਦਾ ਮੇਰੇ ਦੁਸ਼ਮਣ 20-100 ਪੈਦਾ ਹੋ ਜਾਣ, ਤਾਂ ਕੋਈ ਗੱਲ ਨਹੀਂ, ਮੈਂ ਜੋ ਇਹ ਗੈਪ ਹੈ ਉਹਨੂੰ ਖਤਮ ਕਰਨ ਤੱਕ ਜਿੰਨਾ ਲੜਿਆ ਗਿਆ ਉਨਾ ਲੜੂੰਗਾ। ਮੈਂ ਦੋਨਾਂ ਦੇ ਭਲੇ ਦੀ ਗੱਲ ਕਰੂੰਗਾ, ਦੋਨਾਂ ਦੀ ਸਾਈਡ ਲੈ ਕੇ ਗੱਲ ਕਰੂੰਗਾ। ਮੈਂ ਕਦੀ ਨਾ ਸਟੂਡੈਂਟ ਦਾ ਦੁਸ਼ਮਣ ਹੈ ਅਤੇ ਨਾ ਹੀ ਮੈਂ ਕੰਸਲਟੈਂਟ ਦਾ ਦੁਸ਼ਮਣ। ਹੁਣ ਮੈਂ ਗੱਲ ਕਰੂੰਗਾ ਵਾਇਲੈਂਸੀ, ਕਿਸੇ ਸਟੂਡੈਂਟ ਨੂੰ ਜਾਂ ਕਿਸੇ ਏਜੰਟ ਨੂੰ ਉਸ ਨੌਬਤ ਤੱਕ ਕਿਉਂ ਪਹੁੰਚਣਾ ਪੈਂਦਾ, ਇਹ ਚੀਜ਼ ਲਈ ਵੀ ਮੈਂ ਇਸ ਚੀਜ਼ ਵਾਸਤੇ ਵੀ ਮੈਂ ਪੂਰਾ ਕੰਮ ਕਰੂੰਗਾ, ਬੇਸ਼ੱਕ ਦੀ ਮੇਰੇ ਨਾਲ ਕੁਛ ਵੀ ਹੋ ਜਾਵੇ। ਹਾਂ, ਜਦੋਂ ਕੋਈ ਗਿਲਟੀ ਹੋ ਜਾਂਦਾ, ਚਾਹੇ ਕੋਈ ਸਟੂਡੈਂਟ ਹੈ, ਐਪਲੀਕੈਂਟ ਹੈ ਜਾਂ ਕੰਸਲਟੈਂਟ ਹੈ, ਉਸ ਦਾ ਫੈਸਲਾ ਮੈਂ ਨਹੀਂ ਕਰਨਾ। ਤੁਸੀਂ ਕਿਸੇ ਸੋਸ਼ਲ ਵਰਕਰ ਕੋਲ ਜਾਣਾ ਹੈ, ਤੁਸੀਂ ਕਿਸੇ ਜਥੇਬੰਦੀ ਕੋਲ ਜਾਣਾ ਹੈ, ਤੁਸੀਂ ਕਿਸੇ ਵੀ ਸਰਕਾਰੀ ਅਦਾਰੇ ਕੋਲ ਜਾਣਾ, ਕਿਤੇ ਵੀ ਕੰਪਲੇਂਟ ਕਰਨੀ ਹੈ, ਉਦੋਂ ਕਰੋ ਜਦੋਂ ਤੁਹਾਡੇ ਕੋਲ ਪੂਰੀ ਟਰਾਂਸਪੇਰੈਂਸੀ ਹੋਵੇ, ਤੁਹਾਨੂੰ ਪਤਾ ਹੋਵੇ ਕੌਣ ਸਹੀ ਹੈ ਕੌਣ ਗਲਤ ਹੈ। ਅਗਰ ਏਜੰਟ ਗਲਤ ਹੈ ਤਾਂ ਉਹਦੀ ਕੰਪਲੇਂਟ ਪੁਲਿਸ 'ਚ ਕਰਨੀ ਹੈ, ਕੋਰਟ 'ਚ ਕਰਨੀ ਹੈ, ਉਹ ਫਿਰ ਤੁਹਾਡਾ ਆਪਣਾ ਡਿਸੀਜ਼ਨ ਹੈ। ਜਾਂ ਤੁਸੀਂ ਕਿਸੇ ਜਥੇਬੰਦੀ ਕੋਲ ਜਾਣਾ ਹੈ, ਜਥੇਬੰਦੀ ਤੋਂ ਹੈਲਪ ਲੈਣੀ ਹੈ, ਇਹ ਤੁਹਾਡਾ ਡਿਸੀਜ਼ਨ ਹੈ। ਪਰ ਆਪਣੇ ਹੱਥ ਦੇ ਵਿੱਚ ਕਦੀ ਕੋਈ ਕਾਨੂੰਨ ਨਾ ਲਓ, ਕਾਨੂੰਨ ਸਭ ਲਈ ਬਰਾਬਰ ਹੈ। ਸਾਡੇ ਸੰਵਿਧਾਨ ਨੇ ਸਾਨੂੰ ਕਾਨੂੰਨ ਦੇ ਵਿੱਚ ਬੜੇ ਰਾਈਟਸ ਦਿੱਤੇ ਆ, ਤੁਸੀਂ ਉਹਨਾਂ ਦਾ ਯੂਜ਼ ਕਰ ਸਕਦੇ ਹੋ। ਜਿਸ ਨਾਲ ਵੀ ਧੱਕਾ ਹੋ ਰਿਹਾ, ਸਾਡਾ ਕਾਨੂੰਨ ਉਹਦੀ ਹੈਲਪ ਕਰਦਾ, ਉਹਦੀ ਸਪੋਰਟ ਕਰਦਾ, ਹਰ ਲੈਵਲ ਤੱਕ ਤੁਹਾਡੇ ਨਾਲ ਕਾਨੂੰਨ ਖੜ੍ਹਾ। ਤਾਂ ਦੋਸਤੋ, ਮੇਰੀ ਇਹੀ ਤੁਹਾਨੂੰ ਇੱਕ ਗੁਜ਼ਾਰਿਸ਼ ਹੈ, ਇੱਕ ਰਿਕੁਐਸਟ ਹੈ ਕਿ ਵਾਇਲੈਂਸ ਕ੍ਰੀਏਟ ਨਾ ਕਰੋ, ਕਿਸੇ ਦਾ ਕਾਰੋਬਾਰ ਖਰਾਬ ਨਾ ਕਰੋ। ਹੋ ਸਕਦਾ ਉਹ ਕੰਸਲਟੈਂਟ ਸਹੀ ਹੋਵੇ, ਬਟ ਤੁਹਾਡੀ ਇੱਕ ਛੋਟੀ ਜਿਹੀ ਨਾਸਮਝੀ ਜਾਂ ਤੁਹਾਡੀ ਇੱਕ ਛੋਟੀ ਜਿਹੀ ਜਲਦਬਾਜ਼ੀ ਕਿਸੇ ਦਾ ਕਾਰੋਬਾਰ ਤਬਾਹ ਕਰ ਦੇ, ਕਿਸੇ ਬੱਚੇ ਦਾ ਰੁਜ਼ਗਾਰ ਖਰਾਬ ਕਰ ਦੇ, ਕਿਸੇ ਦਾ ਚੱਲਿਆ ਚਲਾਇਆ ਕਾਰੋਬਾਰ ਰੁਕ ਜਾਵੇ, ਉਸ ਨਾਲ ਕੁਛ ਨਹੀਂ ਹੋਣਾ। ਅਗਰ ਮੰਨ ਲਓ ਅਗਰ ਕੋਈ ਏਜੰਟ ਗਲਤ ਵੀ ਹੈ, ਤਾਂ ਉਹਨੂੰ ਸਹੀ ਕਰਨ ਦੇ ਹੋਰ ਸਰਕਾਰੀ ਤਰੀਕੇ ਬਹੁਤ ਨੇ। ਉਸ ਚੀਜ਼ ਵਾਸਤੇ ਵੀ ਮੈਂ ਤੁਹਾਨੂੰ ਗਾਈਡ ਕਰੂੰਗਾ ਵੀ ਤੁਸੀਂ ਇਹਦੇ 'ਤੇ ਕੀ ਐਕਸ਼ਨ ਲੈ ਸਕਦੇ ਹੋ। ਜੋ ਕੰਸਲਟੈਂਟ ਆ, ਅਗਰ ਕਿਸੇ ਕੰਸਲਟੈਂਟ ਨਾਲ ਇੱਦਾਂ ਦਾ ਕੋਈ ਧੱਕਾ ਹੋ ਰਿਹਾ, ਅਗਰ ਕੋਈ ਗਰੁੱਪ ਉਹਨਾਂ ਨਾਲ ਧੱਕਾ ਕਰ ਰਿਹਾ, ਤਾਂ ਮੈਂ ਉਹਨਾਂ ਨਾਲ ਵੀ ਖੜੂੰਗਾ, ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਠੀਕ ਹੈ, ਅਗਰ ਤੁਹਾਡੇ ਨਾਲ ਇਸ ਕੈਂਡੀਡੇਟ ਨੇ ਗਲਤ ਕੀਤਾ ਤਾਂ ਤੁਸੀਂ ਬੈਠ ਕੇ ਇਹਨੂੰ ਸੌਟ ਕਰੋ, ਜੋ ਵੀ ਜਿੱਥੇ ਵੀ ਹੈਗੀਆਂ ਨੇ 4 ਬੰਦੇ ਬਿਠਾਓ ਅਤੇ ਇਸ ਨੂੰ ਖਤਮ ਕਰੋ। ਤਾਂ ਦੋਸਤੋ, ਹੁਣ ਮੈਂ ਗੱਲ ਕਰਦਾ ਜਿਹੜੇ ਕੌਸਟ ਨੂੰ ਲੈ ਕੇ, ਪੈਸਿਆਂ ਨੂੰ ਲੈ ਕੇ ਬੜੀਆਂ ਲੋਕਾਂ ਦੀਆਂ ਮਜਬੂਰੀਆਂ ਨੇ ਕਿ ਅਸੀਂ ਇੰਨੇ ਕੁ ਪੈਸੇ 'ਚ ਹੀ ਆਪਣਾ ਕੰਮ ਕਰਵਾਉਣਾ। ਤਾਂ ਦੋਸਤੋ, ਫਿਲਹਾਲ ਪਿੱਛੋਂ ਬਹੁਤ ਜ਼ਿਆਦਾ ਰੇਟ ਹਾਈ ਹੋਏ ਹੋਏ ਨੇ, ਤਾਂ ਤੁਸੀਂ ਆਪਣੇ ਜਾਂ ਤਾਂ ਫਾਈਲ ਡਰੋਪ ਕਰੋ, ਜਾਂ ਆਪਣਾ ਬਜਟ ਵਧਾਓ, ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਤੁਸੀਂ ਆਪਣੀ ਫਾਈਲ ਨੂੰ ਪੋਸਟਪੋਨ ਕਰੋ। USA ਦੇ ਵਿੱਚ ਇਸ ਵਾਰ 1 June 2024 ਨੂੰ ਵਰਲਡ ਕੱਪ T20 ਹੋ ਰਿਹਾ। ਅਗਰ ਤੁਸੀਂ USA ਦੇ ਵਰਲਡ ਕੱਪ ਦੇ ਵਿੱਚ ਜਾਣਾ ਚਾਹੁੰਦੇ ਹੋ, ਦੇਖਣਾ ਚਾਹੁੰਦੇ ਹੋ, ਗਰਾਊਂਡ ਦੇ ਵਿੱਚ ਬੈਠ ਕੇ ਮੈਚ ਦਾ ਆਨੰਦ ਲੈਣਾ ਚਾਹੁੰਦੇ ਹੋ, ਤੁਸੀਂ ਕ੍ਰਿਕਟ ਦੇ ਚਾਹਵਾਨ ਹੋ, ਆਪਣੀ ਪਸੰਦੀਦਾ ਟੀਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਵੀ ਸਾਡੇ ਕੋਲ ਆ ਕੇ ਆਪਣਾ ਟੂਰਿਸਟ ਵੀਜ਼ਾ USA ਦਾ ਹਾਸਲ ਕਰ ਸਕਦੇ ਹੋ। ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ, ਪੂਰੀ ਹੈਲਪ ਕਰਾਂਗੇ। ਤੁਸੀਂ ਅੰਬੈਸੀ ਦੀ ਇੰਟਰਵਿਊ ਕਿੱਦਾਂ ਕਰੈਕ ਕਰਨੀ ਹੈ, ਅਸੀਂ ਤੁਹਾਨੂੰ ਕੁਛ ਟਿਪਸ ਦੱਸਾਂਗੇ, ਉਹਨਾਂ ਦੇ ਸਵਾਲਾਂ ਦੇ ਜਵਾਬ ਦੱਸਾਂਗੇ, ਤੁਸੀਂ ਕਿਹੜੇ ਕਿਹੜੇ ਡਾਕੂਮੈਂਟਸ ਆਪਣੇ ਨਾਲ ਕੈਰੀ ਕਰਨੇ ਆ, ਕਿਸ ਚੀਜ਼ ਨਾਲ
ਕਿਸ ਡਾਕੂਮੈਂਟਸ ਨਾਲ ਤੁਹਾਡੇ ਵੀਜ਼ੇ ਦੇ ਚਾਂਸ ਮੈਕਸੀਮਮ ਹੋਣਗੇ। ਜਿੱਦਾਂ ਕਿ ਮੈਂ ਗੱਲ ਕੀਤੀ ਸੀ ਲਾਈਵ ਪ੍ਰੋਗਰਾਮ ਦੇ ਵਿੱਚ, ਤੁਸੀਂ ਕ੍ਰੈਡਿਟ ਕਾਰਡ ਜ਼ਰੂਰ ਉਹਨਾਂ ਨੂੰ ਦੱਸੋ USA ਦੇ ਵਿੱਚ ਉਹਨੂੰ ਕਨਵਰਟ ਕਰਕੇ ਕਿੰਨੇ ਡਾਲਰ ਬਣਦੇ ਆ ਤੁਹਾਡੇ ਕ੍ਰੈਡਿਟ ਕਾਰਡ ਦੇ ਵਿੱਚ, ਉਹਦਾ ਸਰਟੀਫਿਕੇਟ ਬਣਾ ਕੇ ਨਾਲ ਲੈ ਕੇ ਜਾਓ, ਜਾਂ ਤੁਸੀਂ ਆਪਣੇ ਸੇਵਿੰਗ ਦੇ ਵਿੱਚ ਜੋ ਪੈਸਾ ਪਿਆ ਜਾਂ FD ਪਈ ਹੈ ਉਹਦੀ ਕਨਵਰਜਨ ਨਾਲ USA ਡਾਲਰ ਦੇ ਵਿੱਚ ਸਰਟੀਫਿਕੇਟ ਬਣਾ ਕੇ ਬੈਂਕ ਤੋਂ ਬਣਵਾ ਕੇ ਲੈ ਕੇ ਜਾਓ। ਇਸ ਚੀਜ਼ ਨਾਲ ਬੜਾ ਸਪੋਰਟ ਮਿਲੂਗਾ। ਇੱਕ ਤੋਂ ਜ਼ਿਆਦਾ ਮੈਚਿਸ ਨੂੰ ਆਪਣੀ ਟਿਕਟ ਬੁੱਕ ਕਰਵਾਓ, ਮਤਲਬ ਤੁਸੀਂ ਸਿਰਫ ਇੱਕ ਮੈਚ ਦੀ ਟਿਕਟ ਬੁੱਕ ਕਰਕੇ USA ਦਾ ਟੂਰਿਸਟ ਵੀਜ਼ਾ ਨਾ ਅਪਲਾਈ ਕਰੋ। ਹੋ ਸਕੇ ਇੱਕ ਤੋਂ ਜ਼ਿਆਦਾ 2-3-4 ਮੈਚਿਸ ਦੀ ਟਿਕਟ ਬੁੱਕ ਕਰੋ, ਫਿਰ ਤੁਸੀਂ USA ਦਾ ਟੂਰਿਸਟ ਵੀਜ਼ਾ ਅਪਲਾਈ ਕਰੋ। ਤਾਂ ਦੋਸਤੋ ਅੱਜ ਮੈਂ ਇੱਥੇ ਗੱਲ ਨੂੰ ਖਤਮ ਕਰਦਾ। ਮੇਨ ਜਿਹੜੇ ਮੁੱਦੇ ਦੀ ਗੱਲ ਜਿਸ ਵਾਸਤੇ ਮੈਂ ਵੀਡੀਓ ਬਣਾਈ ਸੀ, ਉਸ ਵਾਸਤੇ ਤੁਸੀਂ ਮੈਨੂੰ ਸਕਰੀਨ 'ਤੇ ਨੰਬਰ 'ਤੇ ਕਾਲ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ। ਅਗਰ ਫਿਰ ਵੀ ਕੋਈ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੇਰੇ ਆਫਿਸ ਵਿਜ਼ਿਟ ਕਰ ਸਕਦੇ ਹੋ, ਮੈਨੂੰ ਆ ਕੇ ਮਿਲ ਸਕਦੇ।